ਸ਼ਾਨ ਸੁੰਦਰ ਲੋੜਾ ਮੁਰਦਾਬਾਦ 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 ਸ਼ਾਨ ਸੁੰਦਰ ਲੋੜਾ ਮੁਰਦਾਬਾਦ 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 ਮੰਤਰੀ ਸ਼ਾਨ ਸੁੰਦਰ ਲੋੜਾ ਮੁਰਦਾਬਾਦ 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 ਜਿੱਥੇ ਇੱਕ ਪਾਸੇ ਪੰਜਾਬ ਵਿੱਚ 2022 ਵਿਧਾਨ ਸਭਾ ਦੀ ਚੋਣਾਂ ਦੇ ਵਿਗੁੱਲ ਵਚਨ ਤੋਂ ਬਾਅਦ ਪੰਜਾਬ ਦੇ ਵਕਫ ਖਲਕਿਆਂ ਵਿੱਚ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਨੇ ਉੱਥੇ ਹੀ ਅਜੇ ਹੁਸ਼ਿਆਰਪੁਰ ਦੇ ਵਾਰਡ ਨੰਬਰ 20 ਦੇ ਅਧੀਨ ਆਉਂਦੇ ਮਹੱਲਾ ਕੀਰਤੀ ਨਗਰ ਦੇ ਲੋਕਾਂ ਵੱਲੋਂ ਹੁਸ਼ਿਆਰਪੁਰ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਦੇ ਵਿਰੋਧ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਮਹੱਲਾ ਵਾਸੀਆਂ ਵੱਲੋਂ ਸੁੰਦਰ ਸ਼ਾਮ अरोड़ा ਮੁਰਦਾਬਾਦ ਦੇ ਜ਼ੋਰਦਾਰ ਨਾਰੇ ਵੀ ਲਾਏ ਗਏ ਨੇ। ਲੋਕਾਂ ਵਿੱਚ ਵਿਧਾਇਕ ਦੀ ਕਾਰਗੁਜ਼ਾਰੀ ਨੂੰ ਲੈ ਕੇ ਖਾਸਾ ਰੋਸ ਦੇਖਣ ਨੂੰ ਮਿਲਿਆ। ਪત્રਕਾਰਾਂ ਨਾਲ ਗੱਲਬਾਤ ਕਰਦੇ ਆ ਮਹਿਲਾ ਵਾਸੀਆਂ ਨੇ ਦੱਸਿਆ ਹੈ ਕਿ ਉਹਨਾਂ ਦੇ ਮਹੱਲੇ 'ਚ ਗਲੀਆਂ ਦਾ ਤਾਂ ਬੇਹਤ ਮੰਦਾ ਹਾਲ ਹੈ ਹੀ ਪਰੰਤੂ ਦੂਜੇ ਪਾਸੇ ਮਹੱਲੇ 'ਚ ਹੀ ਸਥਿਤ ਕੂੜੇ ਦੇ ਡੰਪ ਕਾਰਨ ਨਰਕ ਤੋਂ ਵੀ ਗੰਦੀ ਜ਼ਿੰਦਗੀ ਜੀਣ ਤੇ ਮਜਬੂਰ ਹੋ ਗਏ ਨੇ ਮਹੱਲੇ ਦੇ ਲੋਕ ਤੇ ਨਾਲ ਹੀ ਡੰਪ ਤੋਂ ਉੱਡਣ ਵਾਲੀ ਗੰਦੀ ਬਦਬੂ ਦੇ ਕਾਰਨ ਉਹਨਾਂ ਦੇ ਘਰ ਵੀ ਰਿਸ਼ਤੇਦਾਰਾਂ ਨੇ ਆਉਣਾ ਛੱਡ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਇਹ ਬੜੇ ਦੁਖ ਦੀ ਗੱਲ ਹੈ ਕੀ ਸਰਕਾਰਾਂ ਦੀਆਂ ਗੰਦੀਆਂ ਅਤੇ ਬੇਹਤ ਘਟੀਆਂ ਨੀਤੀਆਂ ਕਾਰਨ ਅੱਜ ਇਸ ਮੁਹੱਲੇ ਦੇ ਲੋਕ ਬੱਤ ਤੋਂ ਬੱਤਰ ਜ਼ਿੰਦਗੀ ਬਤੀਤ ਕਰ ਰਹੇ ਨੇ ਤੇ ਅਜੇ ਤੱਕ ਨਾ ਤੇ ਸੁੰਦਰ ਸ਼ਾਮ ਅਰੋੜਾ ਨੇ ਇਸ ਬਾਬਤ ਕੋਈ ਧਿਆਨ ਦਿੱਤਾ ਹੈ ਤੇ ਨਾ ਹੀ ਸੰਸਦ ਸੋਮ ਪ੍ਰਕਾਸ਼ ਨੇ ਮੁਹੱਲਾ ਵਾਸੀਆਂ ਨੇ ਕਿਹਾ ਹੈ ਕਿ ਚੌਣਾ 'ਚ ਤੇ ਆਗੂ ਆ ਕੇ ਉਹਨਾਂ ਦੇ ਪੈਰੀ ਹੱਥ ਲਾਉਂਦੇ ਨੇ ਤੇ ਨਾਲ ਹੀ ਹੱਥ ਵੀ ਜੋੜਦੇ ਨੇ ਪਰੰਤੂ ਹੁਣ ਜਦੋਂ ਅਰੋੜਾ ਸਾਹਿਬ ਮੁਹੱਲੇ 'ਚ ਵੋਟਾਂ ਮੰਗਣਾਏ ਤਾਂ ਮਹੱਲਾ ਵਾਸੀਆਂ ਵੱਲੋਂ ਉਹਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਹੈ ਕਿ ਕੂੜੇ ਦੀ ਸਮੱਸਿਆ ਦਾ ਤਾਂ ਹੱਲ ਦੂਰ ਦੀ ਗੱਲ ਹੈ ਐ ਵਿਧਾਇਕ ਸਾਹਿਬ ਕੋਲ ਡੰਪ ਦੇ ਆਲੇ-ਦੁਆਲੇ ਇੱਕ ਦੀਵਾਰ ਤੱਕ ਵੀ ਖੜੀ ਨਹੀਂ ਹੋ ਸਕੀ ਹੈ ਆਓ ਸੁਣਨੇ ਆ ਮੌਕੇ ਤੇ ਮੌਜੂਦ ਰਹੇ ਮਹੱਲੇ ਵਾਸੀਆਂ ਨੇ ਹੋਰ ਕੀ ਕੁਝ ਕਿਹਾ ਇਹ ਮੱਲੇ ਵਾਲੇ ਦੋ ਬੰਦੂਖੀ ਸਿਗੇ ਜੀ ਇੱਥੇ ਆਹ ਦੇਖੋ ਕੂੜਾ ਕਿੰਨਾ ਗੰਦ ਪਿਆ ਰੋੜਾ ਸਾਹਿਬ ਨੂੰ 5 ਸਾਲ ਹੋ ਗਏ ਇੱਥੇ ਕਹਿੰਦੇ ਜੀ ਆਹ ਤੁਹਾਡਾ ਚੱਕਾ ਆ ਦਵਾਂਗੇ ਸਾਰਾ ਬੁੜੀਆਂ ਕਿੰਨੀ ਵਾਰੀ ਗਈਆਂ ਉੱਥੇ ਮੰਤਰੀ ਸਾਹਿਬ ਕੋ ਕਿਸੇ ਨੇ ਪੁੱਛਿਆ ਆਉਂਦੇ ਗੰਦ ਪਿਆ ਜੀ ਕੋਈ ਕਾਲਾ ਬੀ ਬੁੜੀਆਂ ਨਹੀਂ ਦੁਖੀ ਅੱਜ ਹਾਰ ਕੇ ਬੁੜੀਆਂ ਇਕੱਠੀਆਂ ਹੋਈਆਂ ਵਿਚਾਰੀਆਂ ਕਹਿੰਦੇ ਸਾਨੂੰ ਦੱਸੋ ਸਾਡਾ ਕੋਈ ਹੱਲ ਕਰੋ ਇਲੈਕਸ਼ਨ ਆ ਗਏ ਸ਼ਾਇਦ ਕੋ ਸਾਡਾ ਹੱਲ ਕਰੇ ਇੱਥੋਂ ਘੱਟ ਵੱਧ 10 ਸਾਲ ਹੋ ਗਏ ਜਦੋਂ ਰੋੜਾ ਸਾਹਿਬ ਪਹਿਲੀ ਵਾਰੀ ਬਣੇ ਸੀਗੇ ਐਮਐਲਏ ਕਹਿੰਦੇ ਸਾਡੀ ਸਰਕਾਰ ਅਣੀ ਕੁਝ ਨਹੀਂ ਕਰ ਸਕਦੇ ਹੁਣ ਜਦੋਂ ਮੰਤਰੀ ਬਣੇ ਫਿਰ ਗਿਆ ਇੱਕ ਦੋ ਵਾਰੀ ਐਪਲੀ ਹਾਲਾਤ ਕਿਦਾਂ ਤੇ ਕਿਦਾਂ ਹੈ ਤੇ ਜ਼ਿੰਦਗੀ ਬਹਾਲਾਤ ਦੇਖ ਲੋ ਜੀ ਜੇ ਕਿ 10 ਸਾਲ ਜੀਣਾ ਤਾਂ 5 ਸਾਲ ਹੀ ਜੀਊਗਾ ਨਾਲ ਦੇ ਘਰਾਂ ਨੂੰ ਬੱਲੇ ਨੂੰ ਪੁੱਛ ਕੇ ਦੋ ਇੰਨੀ ਮੁਸ਼ਕਲ ਇੰਨੀ ਗੰਦੀ ਤੁਹਾਡੇ ਕੋਲ 10 ਬੰਦੇ ਖੜਾ ਹੋਇਆ ਇਹਦੇ ਵਿੱਚ ਕਿਦਾਂ ਰਹਿੰਦੇ ਹੋਗੇ ਵਿਚਾਰੇ ਰੋੜਾ ਬਸ ਕਦੀ ਨਹੀਂ ਆਇਆ ਜੀ ਕਦੀ ਨਹੀਂ ਰੋੜਾ ਸਾਹਿਬ ਬੜੇ ਜੀ 10 ਸਾਲ ਲੋਕ ਕਦੀ ਰੋੜਾ ਸਾਹਿਬ ਬਲੇ ਨਹੀਂ ਆ ਮਹੱਲੇ ਚ ਕਿ ਗਲੀ ਚ ਕਿਦੀ ਬੜੇ ਨਹੀਂ ਇਹ ਤੋਂ ਵੀ ਪਹਿਲਾਂ ਦੁਆਲੇ ਅਸੀਂ ਤੇ ਜਿਉ ਆਏ 8 8 ਸਾਲ ਚਾਏ ਸਾ 8 ਚਾਏ ਸਾ ਇੱਥੇ ਹਾਲਾਤ ਵੇਖਣ ਲੱਗੇ ਗਲੀਆਂ ਜਿਹੜਾ ਦੇ ਕੋਟ ਕੋਟੇ ਪਾਣੀ ਸਲਾਗ ਕੋਟੇ ਕੋ ਜੱਗੇ ਕਰਕੇ ਥੇ ਪਾਣੀ ਨੰਗ ਕਜੇ ਅੱਗੇ ਆਇਆ ਸੀ ਐਮ ਸੀ ਬਾਜੀ ਹਟਾਲਿਆਂ ਵਾਂਸਾ ਆਇਆ ਸੀ ਤੇ ਉਥੋਂ ਮੈਂ ਇਹ ਨਹੀਂ ਗੱਲ ਕਹਿ ਬੀਠਾ ਕਿ ਕਾਲੀਆਂ ਸਾਨੂੰ ਡ੍ਰੋਪ ਦਿੱਤਾ ਤੇ ਇਹ ਕਾਂਗਰਸ ਸਾਨੂੰ ਬੇਕਮਤੀ ਵਿੱਚ ਨਾਪ ਦਿੱਤਾ ਤੇ ਉਹ ਲਖ ਉਹ ਲਖ ਜਿਹੜੇ ਮੈਂ ਦੱਸਣ ਜੋਗ ਨਹੀਂ ਹੈ ਅਗੋ ਗੰਦੇ ਲਖ ਬੋਲੇ ਸਾਨ ਮਾਈ ਤੂੰ ਬਹੁਤ ਚੌਧਰਵਾਜੀ ਏ ਤੂੰ ਬਹੁਤੀ ਮਿੱਟੀ ੱਪੀ ਕੇ ਗਿਆ ਤੈਨੂੰ ਬਹੁਤੀ ਮਿੱਟੀ ਲੱਗਦੀ ਏ ਮੈਂ ਅੱਜ ਤੱਕ ਕੋਈ ਨਹੀਂ ਵੇਖਿਆ ਮੈਂ ਤਾਂ ਰੋੜਾ ਆਵੇ ਨਾ ਵੋਟਾਂ ਲੈਣ ਕਿੰਤਾ ਦੇ ਰੋੜੇ ਫਾ ਲੋ ਉਹ ਨਾ ਨਾ ਰੋੜੇ ਤੁਸੀਂ ਵੀ ਰੋੜੇ ਫਾ ਲੋ ਰੋੜੇ ਮਾਰੋ ਸਿਰ ਦੇ ਵਿੱਚ ਕੌਣ ਵਗੇ ਉਹਦਾ ਉਹਨੂੰ ਪਤਾ ਲੱਗਿਆ ਕਿ ਇਹ ਲੋਕੀ ਕਿੱਸਾ ਜੀ ਰਹੇ ਨੇ ਉਹ ਇਹਨਾਂ ਜਿੰਨਾ ਜੀ ਮੁਨੀਮ ਹੈਗੀ ਆ ਸੋਸ਼ ਭਾਰਤ ਦੀ ਤੇ ਜੋ ਵੀ ਇਹਨਾਂ ਦਾ ਹੈਗਾ ਵਾ ਪੰਜਾਬ ਸਰਕਾਰ ਨੇ ਬੜੇ ਬਥੇਰੇ ਪੈਸਾ ਫੋਕੇ ਆ ਐਡਾ ਤੇ ਪਰ ਕੋਈ ਇਹਨਾਂ ਦਾ ਮਿਸ਼ਨ ਇਹ ਚ ਕਾਮਯਾਬ ਨਹੀਂ ਹੋਇਆ ਸਾਰਾ ਪੈਸਾ ਖਾ ਗਏ ਐਡਾ ਲਾਲਾ ਕੇ ਕਰੋੜਾਂ ਰੁਪਈਆ ਰਬਰਵੀਆ ਖਾ ਗਏ ਆ ਤੇ ਆ ਕੇ ਦੇਖੋ ਮਹੱਲਿਆਂ ਦੇ ਹਾਲ ਸ਼ਹਿਰ ਦਾ ਹਾਲ ਦੇਖੋ ਸਾਰੇ ਪਾਸੇ ਕੋਈ ਢੇਲ ਲੱਗੇ ਹੋਗੇ ਤੁਹਾਨੂੰ ਯਾਨੀ ਅੱਧਾ ਸ਼ਹਿਰ ਡੰਪੀ ਗਏ ਲੋ ਤਬਦੀਲ ਹੋ ਗਿਆ ਹਿਸ਼ਾਰਪੁਰ ਤੇ ਖਾਸ ਕਰ ਜਿਹੜੇ ਮਰਜੀ ਤੁਸੀਂ ਇਲਾਕੇ ਚੱਲ ਜਾਓ ਉੱਥੇ ਮ ਮਹੱਲੇ ਦੇ ਵਿੱਚ ਆਲੇ ਦੁਆਲੇ ਦੇਖ ਲਓ ਕੋਈ ਢੇਰ ਲੱਗੇ ਹੋਗੇ ਤੁਹਾਨੂੰ ਕੋਈ ਸਾਹ ਲੈਣਾ ਨਾ ਇੱਥੇ ਜਿਹੜਾ ਇੱਥੇ ਸਾਡਾ ਡੰਬ ਬਣਿਆ ਵਾ ਸਾਨੂੰ 6 ਸਾਲ ਤੋਂ ਹੋ ਗਏ ਇੱਥੇ ਲੜਦੇ ਆ ਸਾਰੇ ਹੀ ਦੇਖੋ ਜੀ ਮੰਤਰੀ ਵੋਟਰਾਂ ਲੈਣ ਆਉਣੇ ਉਹ ਚੱਲ ਜਾਂਦੇ ਆ ਫੇਰੇ ਮੰਤਰੀ ਹਿਸ਼ਾਰਪੁਰੋਂ ਗਏ ਹੈਗੇ ਆ ਪਰ ਹਿਸ਼ਾਰਪੁਰ ਦਾ ਵਿਕਾਸ ਇੱਦਾਂ ਕਦੀ ਹੋਇਆ ਨਾ ਹੀ ਅਸੀਂ ਅਜੇ ਤੱਕ ਦੇਖੇਗਾ ਜੀ ਸੋਮਵਰ ਕਾਸ਼ ਹੋਣੀ ਇੱਥੇ ਕਦੀ ਆ ਘੁੰਮਦੇ ਹਿਸ਼ਾਰਪੁਰ ਕੋਈ ਕੰਮ ਕੀਤਾ ਹੋਵੇ ਤੇ ਨਾ ਹੀ ਦੇਖਿਆ ਅਜੇ ਤੱਕ ਇਹਨਾਂ ਨੂੰ ਮੈਂ ਵੋਟਾਂ ਲੈਣ ਆਉਂਦੇ ਆ ਮੈਂ ਤਾਂ ਕਹਿੰਦਾ ਸਾਰਾ ਮਹੱਲਾ ਹੋ ਕੇ ਬਾਈਕਾਡ ਕਰੇ ਜਦੋਂ ਆਣ ਇਕੱਠ ਪਾਜੀ ਅੱਜ 20 ਨੰਬਰ ਬਾੜੇ 'ਚ ਪਹੁੰਚੇ ਆਂ ਬਹੁਤ ਸਾਰੇ ਸਾਥੀਆਂ ਦਾ ਫੋਨ ਆਇਆ ਹੈ ਵੀ ਤੁਸੀਂ 20 ਨੰਬਰ ਬਾੜੇ 'ਚ ਸਾਡਾ ਹਾਲਾਤ ਦੇਖੋ ਇਹ ਪਾਜੀ ਅੱਜ ਅਸੀਂ ਕੀਰਤੀ ਨਗਰ ਵਿੱਚ ਕੂੜੇ ਦੇ ਕੋਲ ਪਹੁੰਚੇ ਆਂ ਕੂੜੇ ਦੇ ਹਾਲਾਤ ਦੇਖ ਲਓ ਉੱਥੇ ਬੰਦਾ 2 ਮਿੰਟ ਨਹੀਂ ਬਿਨਾ ਕੱਪੜੇ ਦੇ ਉੱਤੇ ਖੜ੍ਹ ਸਕਦਾ ਇੱਥੇ 10 ਲੱਖ ਰੁਪਈਆ ਐਮਸੀ ਨੂੰ ਆਇਆ ਸੀ 10 ਲੱਖ ਵੀ ਸਾਡੇ ਮੰਤਰੀ ਸਾਹਿਬ ਖਾ ਗਏ ਨਾ ਪਤਾ 10 ਲੱਖ ਆਇਆ ਗਿਆ ਆਇਆ ਕਿੱਥੇ ਗਿਆ ਕਿੱਥੇ ਆ ਤੁਸੀਂ ਪਾਜੀ ਇੱਕ ਹੋਰ ਮੇਰੀ ਬੇਨਤੀ ਸੁਣੋ ਆ ਦੇਖੋ ਕੂੜੇ ਦੇ ਵਿੱਚ ਦਰਖਤ ਦੇਖੋ ਸਾਰੇ ਦਰਖਤ ਸੁੱਕ ਗਏ ਆ ਸਾਰੇ ਦਰਖਤ ਦੇਖੋ ਇਹ ਤਿੰਨ ਇਨਸਾਨਾਂ ਦਾ ਕੀ ਹਾਲ ਹੁੰਦਾ ਹੋਊਗਾ ਪਾੜੀ ਤੇ ਅਰੋੜਾ ਸਾਹਿਬ ਇੱਕ ਦਰਖਤ ਲਾਉਂਦੇ ਆ ਉਹਨਾਂ ਦੱਬੀ ਬੰਦੇ ਫੋਟੋਆਂ ਖਿੱਚਉਂਦੇ ਇੱਕ ਬੂਟਾ ਲਾਉਣ ਨੂੰ ਕਿਤੇ ਆਕਸੀਜਨ ਮਿਲਦੀ ਦੇਖੋ ਕੂੜੇ ਵਿੱਚ ਸਾਰੇ ਦਰਖਤ ਸੁੱਕ ਗਏ ਆ ਇੱਥੇ ਮੁਹੱਲੇ ਵਾਲਾਂ ਦਾ ਜੀਣਾ ਹਰਾਮ ਹੋਇਆ ਪਿਆ ਇੱਥੇ ਮੁਹੱਲੇ ਵਾਲੇ ਰੋਜ਼ ਬਿਮਾਰੀਆਂ ਕਰੋਨਾ ਸੈੱਲ ਘਟਦੇ ਕਿਸੇ ਦੇ ਇਹ ਮੀਨੀਆ ਕੋਈ ਕੋਸ਼ ਬੰਦਿਆਂ ਨੂੰ ਕੰਮ ਕਰਦਾ ਕਿ ਹੈ ਨਹੀਂ ਦਿਹਾੜੀਆਂ ਹੈ ਨਹੀਂ ਬੰਦੇ ਜਿੰਨੇ ਪੈਸੇ ਕਮਾਉਂਦੇ ਝੋਗਣੇ ਪੈਸੇ ਬਿਮਾਰੀਆਂ ਤੇ ਲੱਗੇ ਜਾ ਰਹੇ ਆ ਉਸ ਸਮੇਂ ਤਾਂ ਕਿ ਇਥੋਂ ਮਿਲਦਾ ਕਿ ਕੈਂਸਰ ਤੇ ਜਾਂ ਹੋਰ ਦਮਿਆਂ ਤੇ ਮਰੀਜ਼ ਵੀ ਸਾਹਮਣੇ ਆ ਸਕਦੇ ਨੇ ਜਿੱਦਾਂ ਤੇ ਇੱਥੇ ਗੰਦੇ ਹਾਲਾਤ ਨੇ ਭਾਜੀ ਬਿਲਕੁਲ ਤੇ ਲੋਕਾਂ ਨੂੰ ਬਿਮਾਰੀਆਂ ਲੱਗੀਆਂ ਤੁਸੀਂ ਤੇ ਲੋਕਾਂ ਦੇ ਹਲਾ ਦੇ ਦਿੰਦੇ ਰੋਜ਼ ਲੋਕ ਇਥੇ ਬਿਮਾਰ ਰਹਿੰਦੇ ਆ ਮੈਂ ਤੇ ਸੁਣਿਆ ਲੋਕੀ ਕਹਿੰਦੇ ਸਾਨੂੰ ਮਹੀਨੇ ਦੇ ਵਿੱਚ 15 ਦਿਨ ਇੱਥੇ ਬਿਮਾਰਾਂ ਮੰਤਰੀ ਸਾਹਿਬ ਕਹਿ ਰਹੇ ਵਿਕਾਸ ਕੀਤਾ ਵਿਕਾਸ ਕੀਤਾ ਆ ਦੇਖੋ ਰੋਡ 'ਤੇ ਕੂੜਾ ਆ ਗਿਆ ਲੋਕਾਂ ਨੰਗਣਾ ਹੱਥ ਓਕਾ ਹੋਇਆ ਪਿਆ ਲੋਕੀ ਨਾਗਰ ਜਾ ਸਕਦੇ ਨਾ ਆ ਸਕਦੇ ਇਸ ਰੋਡ 'ਤੇ ਜਾਂਦੇ ਨਹੀਂ ਦਰ ਨਿਆਣੇ ਘਰਾਂ 'ਚ ਰਹਿੰਦੇ ਮੂੰਹ 'ਤੇ ਕਪੜਾ ਬੰਨ ਕੇ 24 ਘੰਟੇ ਮੱਖੀਆਂ ਗੰਦੀਆਂ ਮੰਦੀਆਂ ਆ ਕੇ ਖਾਣੇ ਦੇ ਪੈਂਦੀਆਂ ਰੋਜ਼ ਬਿਮਾਰੀ ਦਾ ਘਰ ਆ ਮੰਤਰੀ ਸਾਹਿਬ ਮੈਨੂੰ ਵੀ ਤਾਂ ਕਿੱਥੇ ਵਿਕਾਸ ਕੀਤਾ ਮੰਤਰੀ ਸਾਹਿਬ ਗੱਪੀ ਮੰਤਰੀ ਆ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਉਹਨਾਂ ਦਾ ਸਾਡਾ ਛੋਟਾ ਵੀਰ ਆ ਸਰਪੰਚ ਉੱਥੋਂ ਜਾਣ ਗੱਲਾਂ ਤੋਂ ਉਹ ਪਿੱਛੇ ਦੇ ਕਹਿ ਰਹੇ ਰੋਡ ਦੇ ਵਿੱਚ ਕਹਿੰਦੇ ਨਾ ਉੱਥੇ ਇੱਕ ਦਰੜਬੋ ਟੁੱਟਾ ਸੀਗਾ ਉੱਥੇ ਕਿਸੇ ਬੰਦੇ ਨੇ ਜੇ ਜਿੰਪਾ ਜਾਂ ਆਮ ਆਦਮੀ ਪਾਰਟੀ ਦੇ ਬੂਟਾ ਲਾਇਓ ਤੇ ਰੋਡ ਦੇ ਗੱਬੇ ਉਰ ਉਥੇ ਬੂਟਾ ਲਾਇਆ ਤੇ ਉੱਥੇ ਉਹ ਕਹਿ ਰਿਹਾ ਕਿ ਉਹ ਉੱਥੇ ਮਿੱਟੀ ਬਾਂਦੇ ਅਮਰੀਕਨ ਚੋਂ ਉਹ ਕਹਿਣਾ ਚਾਹੁੰਦਾ ਮਿੱਟੀ ਉਹ ਕਹਿੰਦਾ ਮੈਂ ਆਪਣੇ ਕੋਲੋਂ ਪਾਈ ਆ ਜਦ ਮੁਹੱਲੇ ਸ਼ਹਿਰ ਦੇ ਮੰਤਰੀ ਸਾਹਿਬ ਹੈਗੇ ਆ ਸਾਲ ਤੋਂ ਖਬਰ ਚੱਲ ਰਹੀ ਆ ਤੇ ਮੰਤਰੀ ਸਾਹਿਬ ਸੜਕ ਨਹੀਂ ਬਣਾ ਸਕਦੇ ਜਾਂ ਤਾਂ ਬੰਦਾ ਕਹੇ ਮਰ ਮਰ ਮੁੱਕ ਗਿਆ ਆ ਫੇਰ ਤਾਂ ਬੰਦਾ ਕਹਿ ਸਕਦਾ ਜੀ ਉਹ ਸੜਕ ਨਹੀਂ ਬਣੀ ਉਹ ਜੀਂਦੇ ਮੰਤਰੀ ਸਾਹਿਬ ਬੈਠੇ ਆ ਸੜਕ ਨਹੀਂ ਬਣਾ ਸਕਦੇ ਉਦਾਂ ਕੰਨੇ ਕਰੋੜਾ ਰੁਪਈਆ ਲਾ ਰਿਆ ਰੁਪਈਆ ਲਾ ਰਿਆ ਕਿੱਥੇ ਲਾ ਰਿਆ ਮੇਰੇ ਦਿਸ਼ਾ ਤੱਕ ਕਿੱਥੇ ਨਹੀਂ ਪਾਜੀ ਰੁਪਈਆ ਲਾ ਰਿਓ